ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਮੋਰੋ ਦੀ ਵਸਨੀਕ ਬੀਬੀ ਕਰਤਾਰੀ, ਜੋ ਕਿ ਆਪਣੀ ਜ਼ਿੰਦਗੀ ਦੇ 115 ਸਾਲ ਬਿਤਾ ਚੁੱਕੀ ਹੈ, ਬਜ਼ੁਰਗ ਹੋਣ ਕਾਰਨ ਤੇ ਲੱਤ ਸੱਟ ਲੱਗਣ ਕਾਰਨ ਭਾਵੇਂ ਹੁਣ ਬੀਬੀ ਕਰਤਾਰੀ ਘੱਟ ਹੀ ਚੱਲ ਫਿਰ ਪਾਉਂਦੀ ਹੈ। ਬੀਬੀ ਕਰਤਾਰੀ ਦੇ ਦੋ ਲੜਕਿਆਂ ਲਕਸ਼ਮਣ ਦਾਸ ਅਤੇ ਮੋਹਨ ਲਾਲ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਕਰਤਾਰੀ ਦੀ ਉਮਰ ਲਗਭਗ 115 ਸਾਲਾਂ ਦੀ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਸਾਡੀ ਮਾਤਾ ਦਾ ਜਨਮ ਆਪਣੇ ਨਾਨਕੇ ਪਿੰਡ ਤਾਹਰਪੁਰ ਵਿਖੇ ਸੰਨ 1904 ਦੇ ਆਸ ਪਾਸ ਹੋਇਆ ਸੀ। ਬੀਬੀ ਕਰਤਾਰੀ ਦੇ ਦੋ ਲੜਕੇ ਤੇ 6 ਲੜਕੀਆਂ ਤੋਂ 21 ਦੋਤੇ ਦੋਤੀਆਂ ਹਨ। ਬਜ਼ੁਰਗ ਮਾਤਾ ਕਰਤਾਰੀ ਦਾ ਇੱਕ ਦੋਤਾ ਵੀ ਪੋਤਰੇ ਵਾਲਾ ਹੈ। ਚਾਹ ਪੀਣ ਦੀ ਸ਼ੌਕੀਨ ਬੀਬੀ ਕਰਤਾਰੀ ਦੇ ਲੜਕੇ ਲਕਸ਼ਮਣ ਨੇ ਦੱਸਿਆ ਕਿ ਸਾਦਾ ਭੋਜਨ ਖਾਣਾ ਤੇ ਹਮੇਸ਼ਾ ਖੁਸ਼ ਰਹਿਣਾ ਹੀ ਉਹਨਾਂ ਦੀ ਮਾਤਾ ਦੀ ਲੰਬੀ ਉਮਰ ਦਾ ਰਾਜ ਹੈ। ਬੀਬੀ ਕਰਤਾਰੀ ਹੁਣ ਵੀ ਭੁੱਜੇ ਹੋਏ ਛੋਲੇ ਤੇ ਮਟਰੀ ਤੱਕ ਚੱਬ ਕੇ ਖਾ ਲੈਂਦੀ ਹੈ। ਲਕਸ਼ਮਣ ਦਾਸ ਨੇ ਦੱਸਿਆ ਕਿ ਬਿਰਧ ਅਵਸਥਾ ਵਿੱਚ ਹੋਣ ਦੇ ਬਾਵਜੂਦ ਵੀ ਬੀਬੀ ਕਰਤਾਰੀ ਦੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ। ਗਰੀਬਾਂ ਨੂੰ ਘਰ ਬਣਵਾ ਕੇ ਦੇਣ ਅਤੇ ਆਟਾ ਦਾਲ ਸਕੀਮ ਅਤੇ ਸਰਕਾਰੀ ਬੁਢਾਪਾ ਪੈਨਸ਼ਨ ਤੋਂ ਵਾਂਝੀ ਹੈ ਮਾਤਾ ਕਰਤਾਰੀ। ਪਿੰਡ ਅਪਰਾ ਤੋਂ ਬੂਟਾ ਸਿੰਘ ਢਿੰਸਾ ਦੀ ਰਿਪੋਰਟ।